ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਸਵੇਰ ਦੀ ਸੈਰ ਤੋਂ ਹੋ ਗਈ ਸ਼ੁਰੂਆਤ ਦਿਨ ਦੀ ਨਾਲ ਸਿਮਰਨ। ਅਤੇ ਸਵੇਰ ਦੀ ਸੈਰ ਜ਼ਰੂਰੀ ਆ, ਹੈ ਨਾ। ਹਰ ਰੋਜ਼ ਆਪਾਂ ਕਿਆ ਕਰਨਾ ਜੇ ਹਰ ਰੋਜ਼ ਸੁਬਾਹ ਵੀਡੀਓ ਬਣਿਆ ਕਰੋਗੀ ਤਾਂ। ਅਤੇ ਅੱਜ ਥੋੜ੍ਹੀ ਜਿਹੀ ਲੇਟ ਹਾਂ, ਅਤੇ ਮੁੜਦੇ ਹਾਂ ਬਸ ਉਹ ਕੱਲ੍ਹ ਵਾਲੀ ਜਗ੍ਹਾ ਤੋਂ ਪਿੱਛੇ ਨੂੰ। ਅਤੇ ਵੀਡੀਓ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖਿਆ ਕਰੋ, ਠੀਕ ਹੈ। ਟਟੀਰੀਆਂ ਬੋਲਦੀਆਂ ਸੁਬਹ ਸੁਬਹ ਉੱਡੀਆਂ ਫਿਰਦੀਆਂ, ਅਤੇ ਸੂਰਜ ਨਿਕਲਿਆ ਆ ਉਹ ਦੇਖੋ ਸਾਹਮਣੇ। ਅਤੇ ਗੁਰਦੁਆਰਿਆਂ ਵਿੱਚ ਬਾਬੇ ਪਾਠ ਪੜ੍ਹ ਰਹੇ, ਆਵਾਜ਼ ਆ ਰਹੀ ਹੋਣੀ। ਆ ਗਈ ਮੰਡੀ ਇੱਥੇ, ਇੱਥੋਂ ਫਿਰ ਵਾਪਸ। ਅਸੀਂ ਵਾਪਸ ਆ ਰਹੇ ਸੀ ਅਤੇ ਰਸਤੇ ਵਿੱਚ ਪ੍ਰਨੀਤ ਵੀ ਆ ਗਈ ਸਾਨੂੰ ਮਿਲਣ, ਕਿਉਂਕਿ ਰੋਣ ਲੱਗ ਗਈ ਘਰੇ। ਹਾਂ ਦੇਖੋ ਇਹ ਇੱਦਾਂ ਹੀ ਕਰਦੀ ਆ, ਸੁੱਤੀ ਨੂੰ ਛੱਡ ਗਏ ਸੀ ਪਤਾ ਨਹੀਂ ਕਦੋਂ ਉੱਠ ਪਈ ਅਤੇ ਮਗਰ ਭੱਜ ਕੇ ਆ ਗਈ। ਹੁਣ ਤਾਂ ਨਹੀਂ ਰੋਂਦੀ। ਖੇਡੋ ਚਾਹ, ਆਲੂ ਛਿੱਲੇ ਜਾ ਰਹੇ। ਅੱਜ ਕੱਲ੍ਹ ਅਸੀਂ ਆਲੂ ਵਾਲੇ ਪਰੌਂਠੇ ਬਹੁਤ ਖਾ ਰਹੇ ਹਾਂ, ਤਕਰੀਬਨ ਤੀਜੀ ਵਾਰ ਹੋ ਗਈ ਲਗਾਤਾਰ 4-5 ਦਿਨ ਬਾਅਦ ਫਿਰ ਅੱਜ ਬਣਨ ਲੱਗੇ ਹਾਂ। ਦੇਖੋ ਛਿੱਲੇ ਜਾ ਰਹੇ ਅਤੇ ਆ ਗਿਆ ਸੂਰਜ, ਚੜ੍ਹਾਈਆਂ ਕਰਿਆ ਆ, ਚੱਲਦੇ ਹਾਂ ਕੋਠੇ 'ਤੇ। ਇੱਧਰ ਮੰਦਰ ਵਿੱਚ, ਮੰਦਰ 'ਚੋਂ ਆਵਾਜ਼ ਆ ਰਹੀ ਹੈ ਅਤੇ ਪੂਜਾ ਵਗੈਰਾ ਚੱਲ ਰਹੀ ਆ। ਇਸ ਸਾਈਡ 'ਤੇ ਇੱਧਰੋਂ ਆ ਰਹੀ ਆਵਾਜ਼, ਆ ਪਿੰਡ ਲਓ ਜੀ। ਅੱਜ ਫਿਰ ਡੈਂਟਲ ਕਲੀਨਿਕ ਦੇ ਜਾ ਰਹੇ ਹਾਂ ਜਲਾਲਾਬਾਦ, ਅਤੇ ਤੀਜਾ ਦਿਨ ਅੱਜ ਲਗਾਤਾਰ ਜਾਂਦਿਆਂ ਨੂੰ। ਅਤੇ ਤਕਲੀਫ ਥੋੜ੍ਹੀ ਜਿਹੀ ਵੱਧ ਆ ਦੰਦਾਂ ਦੀ, ਆ ਜਿਹੜੀ ਅੱਗੇ ਜੜ੍ਹਾਂ ਆਉਂਦੀ ਹੈ ਨਾ ਉਹਦੀ, ਅਤੇ ਤਾਂ ਕਰਕੇ ਹੁਣ ਅੱਜ ਤੀਜਾ ਦਿਨ ਆ ਅਤੇ ਜਾ ਕੇ ਆਉਂਦੇ ਹਾਂ ਫਿਰ ਉੱਥੇ ਅੱਜ। ਚੱਲਦੇ ਹਾਂ, ਮੋਟਰਸਾਈਕਲ ਸਟਾਰਟ ਕੀਤਾ ਗਰਮ ਕਰਨ ਵਾਸਤੇ, ਖੜਾਇਆ ਹੋਇਆ। ਚੱਲਦੇ ਹਾਂ ਫਿਰ, ਮਾਸਕ ਜ਼ਰੂਰੀ ਆ, ਮਾਸਕ ਲਾ ਲੈਂਦੇ ਹਾਂ। ਅਨੀਤ ਨੇ ਜਾਣਾ ਸਾਡੇ ਨਾਲ, ਤੇ ਅਨੀਤ ਨੂੰ ਨਹੀਂ ਲੈ ਕੇ ਜਾਣਾ, ਚੱਲਦੇ। ਸਾਹਮਣੇ ਅਤੇ ਟਾਈਮ ਹੋ ਗਿਆ ਹੁਣ 12 ਵੱਜ ਚੁੱਕਿਆ, 12 ਅਤੇ ਦੇਖਦੇ ਹਾਂ ਹੁਣ ਇੱਥੇ ਕਿੰਨਾ ਟਾਈਮ ਲੱਗਦਾ, ਠੀਕ ਹੈ ਅੰਦਰ ਪਤਾ ਲੱਗੂਗਾ। ਅਤੇ ਚੱਲਦੇ ਹਾਂ ਅੰਦਰ। ਲਓ ਜੀ ਕਲੀਨਿਕ 'ਤੇ ਬੈਠੇ ਹਾਂ ਅਤੇ ਵੇਟ ਕਰ ਰਹੇ ਹਾਂ ਡਾਕਟਰ ਦੀ, ਹਾਲੇ ਆਉਣ ਵਾਲੇ ਹੀ ਆ, ਫੋਨ ਕੀਤਾ ਸੀ ਅਸੀਂ। ਚਲੋ 12 ਵੱਜ ਚੁੱਕਿਆ ਪੂਰੇ, ਦੇਖਦੇ ਹਾਂ ਕਿੰਨਾ ਟਾਈਮ ਲੱਗਦਾ। ਕੱਲ੍ਹ ਸਾਨੂੰ ਉੱਥੇ 2.5 ਘੰਟੇ ਲੱਗ ਗਏ ਅਤੇ ਅੱਜ ਦੇਖਦੇ ਹਾਂ। ਨੀਂਦ ਆਉਂਦੀ ਆ, ਨੀਂਦ ਹੁਣ ਪ੍ਰਨੀਤ ਉਹ ਪ੍ਰਨੀਤ ਖੇਲੀ ਜਾਂਦੀ ਥੱਲੇ ਕਦੋਂ ਬੈਠੀ ਉੱਠ, ਉੱਤੋਂ ਉੱਪਰ ਉੱਠ, ਉਹ ਚੱਪਲਾਂ ਪਾਲਦੀਆਂ। ਤੇਰੀ ਮੰਮਾ ਅੰਦਰ ਹੈ, ਉਹਦਾ ਚੱਲ ਰਿਹਾ ਟ੍ਰੀਟਮੈਂਟ, ਸਿਮਰਨ ਅੰਦਰ ਆ। ਅਸੀਂ ਬੈਠੇ ਹਾਂ, 1 ਵੱਜਣ ਵਾਲਾ ਹੋ ਗਿਆ, 5-7 ਮਿੰਟ ਰਹਿ ਗਏ। ਟੈਕ ਕੇ ਬੈਠ ਜਾ,
बैठा नहीं जाता ना। तो ये हम दो बज चुके हैं तो चलते हैं घर नू। चल कोई गल नहीं, जी पौने पंज हो चुके हैं तो असी आ गए। सानू उत्थे दो घंटे लग गए तो हुण रेस्ट वगैरह करके तो हुण पीन लगे हैं चाह, अंदर पंडी चाह, तो भुख भी लग गई। हुण खावांगे रोटी तो बैठे आ इलाज दंदा का करवा के सिमरन। हुण किवें आ, दर्द करदे कि नहीं? हुण ठीक आ, बहुत पंगा इन्हां दा जो दर्द होण लग गया ना, जिहड़ा दंद जिहड़े वाले फिर बहुत औखा करते हैं। चलो हुण हो जाऊ सैट, तो हो जाण सैट तो वधिया। तीन लगातार तीन गेड़े लगे तो नहीं। तू कद कपड़े ला के बैठी, कपड़े पा ला ना हो उधर, मेरी वीडियो भी चल रही है। मेरी वीडियो चली जाती है जी। हुण चलने शॉपिंग कर, इस साइड नूं बाजार आ ते चलते हैं फिर पहुंच के दुकान ते। देख केड़ा सोना देख ते कपड़े ने देख लाने नची किवें जांदी आह। दूसरी दुकान भांडा वाली तो फिर आ गए। इतों थोड़ा जहा समान लेना से, एक करद चाकू तो दो कप परनीत अवनीत के। हाँ भैया ठीक, कपां उपर नाम पैन लगे परनीत। शॉपिंग करके आ गए तो थोनू दिखाने शॉपिंग की कीती, किन्नी को कीती, थोड़ी जी कीती शॉपिंग। आ देखो इधर एक परनीत दा सूट, आ देखो सुर्खियां बॉर्डर सिमरन दे परनीत अवनीत दे दो कप, दोनों उपर नाम लिखा अलग अलग ते इना उपर नाम भी पाए हुए ने। हाँ पाउडर लेके आए ते एक कर्द, एक लेके आए कर्द चाकू जिन्हों कहते हैं छुरी। ठीक है जी, मिलते हैं।